एमएलए लाम सिंह को के हाय हाय एमएलए लाम सिंह को के मुर्दाबाद मुर्दाबाद मुर्दाबाद। जे मैं भगवंत सम्मान सिंह मान कहां थी भी 70 साल जेड़े राजनीति कर रहे ने उन्होंने सवाल पूछो। 70 साल तो सुई तो लेके जहाज तक तो बनया पे साडे इस देश च कल्ले ड्रामे ਇਹ ਕਾਂਗਰਸੀ ਆ ਜੀ, ਕਾਂਗਰਸ ਨੇ ਐਂ ਕੀਤਾ ਸੀ ਜੀ, ਅਕਾਲੀ ਦਲ ਨੇ ਫਲਾਨਾ ਕੀਤਾ ਸੀ, ਅਸੀਂ ਉਹਨਾਂ ਤੋਂ ਕੀ ਲੈਣਾ, ਤੁਹਾਨੂੰ ਝੋਣਤਾ ਲੋਕਾਂ ਨੇ। ਜੇ ਮਾਨ ਨਾ ਹੁੰਦੇ ਮੈਨੂੰ ਇਹਨਾਂ ਨੇ ਜੇਲ੍ਹਾਂ 'ਚ ਸਿੱਟਿਆ ਹੁੰਦਾ, ਜੇ ਸਰਦਾਰ ਸਿਮਰਜੀਤ ਸਿੰਘ ਮਾਨ ਨਾ ਹੁੰਦੇ ਕਿੰਨੇ ਕੇਸ ਪਾਤੇ ਮੇਰੇ 'ਤੇ। ਮੇਰਾ ਕਸੂਰ ਕੀ ਸੀ? ਸਰਪੰਚ ਬਣਨਾ ਕਸੂਰ ਆ, ਬੇਮਿਸਾਲ ਵਿਕਾਸ ਕਰਾਉਣਾ ਕਸੂਰ ਹੈ, ਤਾਂ ਕਸੂਰ ਕਰਦੇ ਰਹਾਂਗੇ। ਕੋਈ ਵੀ ਬੰਦਾ ਲੱਗਣ ਨੂੰ ਤਿਆਰ ਨਹੀਂ ਕਿ ਅਸੀਂ ਆਮ ਪਾਰਟੀ ਤੋਂ ਸਰਪੰਚੀ ਲੜਾਂਗੇ, ਆਮ ਪਾਰਟੀ ਤੋਂ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ, ਕੋਈ ਵੀ ਬੰਦਾ ਲੜਨ ਨੂੰ ਤਿਆਰ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਫੱਗੂਵਾਲਾ। ਜਿੱਥੇ ਨਿੱਤ ਨਵਾਂ ਵਿਵਾਦ ਦੇ ਵਿੱਚ ਪੈਂਦੀ ਆ ਪੰਜਾਬ ਸਰਕਾਰ, ਉੱਥੇ ਪਿੰਡ ਰਾਮਗੜ੍ਹ ਦੇ ਵਿੱਚ ਅਸੀਂ ਖੜ੍ਹੇ ਹਾਂ। ਭਦੌੜ ਹਲਕੇ ਦਾ ਪਿੰਡ ਆ ਇਹ। ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਨਿਗਾਹ ਮਾਰਨ, ਇੱਧਰ ਸਰਪੰਚ ਸਾਹਿਬ ਖੜ੍ਹੇ ਨੇ ਸਹਿਣੇ ਤੋਂ, ਜਿਨ੍ਹਾਂ ਦੇ ਕਰਕੇ ਵਿਵਾਦਾਂ ਦੇ ਵਿੱਚ ਆਏ ਤੇ ਲਾਭ ਸਿੰਘ ਗੁੱਗੇ। ਅੱਜ ਦੂਜੀ ਵਾਰ ਫਿਰ ਵਿਵਾਦ, ਇੱਕ ਪਾਸੇ ਪੂਰਾ ਪਿੰਡ ਖੜਾ ਜਿਹੜਾ ਗਵਾਹੀ ਭਰ ਰਿਹਾ ਕਿ ਲਾਭ ਸਿੰਘ ਉੱਗੋ ਕੇ ਸਾਡੇ ਨਾਲ ਜਾਤੀਆਂ ਕਰਦੇ ਨੇ, ਇੱਕ ਗਰੀਬ ਪਰਿਵਾਰ 'ਚ ਉੱਠ ਕੇ MLA ਬਣਦੇ ਨੇ, ਪਰ ਇਹਨਾਂ ਗਰੀਬਾਂ ਦਾ ਦਰਦ ਅੱਜ ਕੱਲ੍ਹ ਉਹ ਭੁੱਲ ਚੁੱਕੇ ਨੇ। ਹਾਂਜੀ ਬਾਪੂ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਕਹਿੰਦਾ ਜੀ, ਜਿਹੜੇ ਲਾਭ ਸਿੰਘ ਕਹਿੰਦਾ ਹੁੰਦਾ ਜੀ ਮੈਂ ਤੁਹਾਡਾ ਪੋਤਾ ਹੈ, ਪੋਤਾ ਹੈਗਾ ਉਹ ਰਿਹਾ ਨਹੀਂ ਜੀ, ਸਾਡੀਆਂ ਬੁੜੀਆਂ ਨੂੰ ਵੀ ਕਹਿੰਦਾ ਹੁੰਦਾ ਜੱਫੀਆਂ ਪਾਵਾਂ ਤੁਹਾਡਾ ਪੋਤਾ, ਅੱਜ ਪੁੱਤ ਨੇ ਸਾਡੇ ਪਾਣੀ ਵੀ ਬੰਦ ਕਰਾਤਾ, ਹਰ ਉਹਦਾ ਵੀ ਕਿਆ ਟੂਟੀਆਂ ਦਾ ਵੀ ਬੰਦ ਕਰਾਉਂਦਾ ਸੀ, ਨਾਲੇ ਤੋਂ ਆਏ ਨੇ ਸਾਰਾ ਗੰਦ ਪਾਇਆ ਸਾਡੇ ਪਿੰਡ 'ਚ। ਲਾਭ ਸਿੰਘ ਉੱਗੋ ਕੇ ਕਹਿੰਦੇ ਬਦਲਾਓ ਆ ਗਿਆ, ਬਦਲਾਓ ਆ ਗਿਆ ਇਹ? ਹਾਂਜੀ ਨਾ ਜੀ, ਆਇਆ ਨੀ ਕੁਛ ਨੀ, ਉਦੋਂ ਗੰਦ ਪਿਆ, ਬਦਲਾਓ ਨੀ ਆਇਆ ਕੁਛ ਨੀ ਹੋਇਆ, ਮੈਂ ਉਦੋਂ ਭੈੜਾ ਗੰਦ ਪੈ ਗਿਆ ਸਮਾਂ ਉਦੋਂ ਵੀ। ਪਿੰਡ ਵਾਸੀ ਨੇ ਜਿਹੜੇ ਬਹੁਤ ਦੁਖੀ ਨੇ, ਸਰਪੰਚ ਸਾਹਿਬ ਕਿਵੇਂ ਦੇਖਦੇ ਹੋ? ਅਨਟ੍ਰੇਨਡ ਬੰਦੇ ਕਿਤੇ ਨਾ ਕਿਤੇ ਸਤਾ ਦੇ ਵਿੱਚ ਆ ਕੇ ਜਾਤੀਆਂ ਕਰਦੇ ਨੇ ਲੋਕਾਂ ਨਾਲ, ਕਿਵੇਂ ਦੇਖਦੇ? ਇੱਕ ਕਹਾਵਤ ਆ, ਬੰਦਰ ਕਿਆ ਜਾਣੇ ਅਦਰਕ ਕਾ ਸਵਾਦ। ਸੋ ਜਿਹਨੂੰ ਇਹ ਵਾਹਿਗੁਰੂ ਨੇ ਪਾਤਸ਼ਾਹੀਆਂ ਉਹਨਾਂ ਨੂੰ ਬਖਸ਼ ਤਾਂ ਦਿੱਤੀਆਂ, ਪਰ ਉਹਨੂੰ ਹੰਡਾਉਣਾ ਕਿਵੇਂ ਆ, ਲੋਕਾਂ ਦੇ ਕੰਮ ਕਿਵੇਂ ਕਰਾਉਣੇ ਆ। ਸੋ ਜੇ ਮੈਂ ਕਿਸਾਨ ਦਾ ਬੇਟਾ ਤਾਂ ਮੈਂ ਸ਼ੁਰੂ ਤੋਂ ਕਿਸਾਨੀ ਬਾਰੇ ਨੌਲੇਜ ਰੱਖਦਾ ਹਾਂ, ਜੇ ਮੈਂ ਮਜ਼ਦੂਰ ਦਾ ਬੇਟਾ ਤਾਂ ਮਜ਼ਦੂਰੀ ਬਾਰੇ ਰੱਖਦਾ ਹਾਂ, ਜੇ ਮੈਂ ਬਿਜ਼ਨਸਮੈਨ ਦਾ ਬੇਟਾ ਬਿਜ਼ਨਸ ਮੈਨ ਬਾਰੇ ਕਾਰੋਬਾਰ ਬਾਰੇ ਨੌਲੇਜ ਰੱਖਦਾ ਹਾਂ। ਸੋ ਇਹਨਾਂ ਨੂੰ ਸਾਰਾ ਪੰਜਾਬ ਇਹਨਾਂ ਦੇ ਨਾ ਜਨਸੰਘੀ ਆ, ਇਹ ਜਨਸੰਘੀ ਆ, ਇਹ ਇਨਡਾਇਰੈਕਟ ਤਰੀਕੇ ਨਾਲ ਖਾਲਸੇ ਦਾ ਜਿੱਥੇ ਰਾਜ ਆ ਨਾ ਉੱਥੇ ਇਹਨਾਂ ਨੇ ਚੋਰ ਮੋਰੀ ਨਾਲ ਸਾਡੇ 'ਤੇ ਰਾਜ ਕਰ ਲਿਆ, ਬਦਲਾਵ ਦਾ ਨਾਂ ਦੇ ਕੇ, ਬਦਲਾਵ ਫਲਾਨਾ ਧਿਮਕਾ। ਹੁਣ ਇਹ ਅਨਟ੍ਰੇਨਡ ਬੰਦੇ ਆ ਗਏ। ਸੋ ਤੁਸੀਂ ਜਾ ਕੇ ਦੇਖੋ ਅੱਜ ਇਹਨਾਂ ਦੇ ਖਿਲਾਫ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਵੀ ਇਹ ਬੰਦਾ ਤਾਂ ਮੈਂਬਰ ਵੀ ਨਹੀਂ ਬਣ ਸਕਦਾ ਸੀ, ਇਹ ਤਾਂ ਫਲਾਨਾ ਨਹੀਂ ਬਣ ਸਕਦਾ। ਸੋ ਇਹ ਜਿਹੜਾ ਨਾਲਾ ਢਾਇਆ ਗਿਆ, ਮੈਂ ਰਾਮਗੜ੍ਹ ਪਿੰਡ ਵਿੱਚ ਖੜਿਆ, ਬੇਮਿਸਾਲ ਕੰਮ ਕੀਤਾ ਇਸ ਸਰਪੰਚ ਨੇ, ਛੱਪੜ ਬਣਾਏ ਨੇ, ਸਟੇਡੀਅਮ ਬਣਾਇਆ ਤੇ ਜਿਹੜੀਆਂ ਇਹ ਚੀਜ਼ਾਂ ਕੀਤੀਆਂ। ਹੁਣ ਤੁਸੀਂ ਆਹ ਦੇਖ ਲਓ, ਪ੍ਰਾਇਮਰੀ ਸਕੂਲ ਆ ਇੱਥੇ ਤੇ ਨਾਲ ਇੱਥੇ ਮੁੰਡੇ ਖੇਡ ਰਿਹਾ, ਸਟੇਡੀਅਮ ਵੀ ਆ ਨਾਲ, SC ਭਾਈਚਾਰਿਆਂ ਦਾ ਸ਼ਮਸ਼ਾਨ ਘਾਟ ਵੀ ਆ। ਸੋ ਇੱਥੇ ਪਾਣੀ ਪੈਣਾ ਸੀ, ਉਹ ਕਿਹੜੇ ਹੰਕਾਰ ਨਾਲ ਇਹ ਚੀਜ਼ਾਂ ਢਹਾ ਰਿਹਾ ਜੀ? ਇੱਥੇ ਪੈਸਾ ਕਿਹਦਾ ਬਰਬਾਦ ਹੋਇਆ? ਸੋ ਉਹਨਾਂ ਨੇ ਜਈ ਨੂੰ ਭੇਜਿਆ JCB ਨਾਲ, ਸਰਪੰਚ ਨੂੰ ਧਮਕਾਇਆ, ਸਰਪੰਚ ਵਿਚਾਰਾ ਚੁੱਪ ਕਰ ਗਿਆ। ਸੋ ਇਹ ਸਾਰਾ ਜਿਹੜਾ ਇੱਥੇ ਆ ਖੰਡਾ ਕੇ ਗਿਆ ਚੀਜ਼, ਇਹ ਮੈਂ ਕਹਿੰਦਾ ਵੀ ਇਹ ਰਾਜ ਪ੍ਰਬੰਧ ਆ ਕੋਈ, ਇਹ ਤਾਂ ਮੈਂ ਕਹਿੰਦਾ ਵੀ ਜਾਂ ਤਾਂ ਇਹ ਫਿਰ ਕੋਈ ਰਾਜ ਤਾਂ ਰਿਹਾ ਨੀਗਾ ਕਾਨੂੰਨ ਦਾ, ਤਾਂ ਇਹ ਤਾਂ ਫਿਰ ਤਾਂ ਅਸੀਂ ਹਥਿਆਰ ਚੱਕ ਲਈਏ, ਇਹੋ ਜਿਹਾ ਬੰਦਾ ਆਉਂਦਾ ਉਹਨਾਂ ਦੇ ਮਗਰ ਪਈਏ ਇਹ ਚੀਜ਼ਾਂ ਨੂੰ। ਸੋ ਜਿਵੇਂ ਭਗਵੰਤ ਸਿੰਘ ਮਾਨ ਕਹਿੰਦਾ ਸੀ ਵੀ 70 ਸਾਲਾਂ ਜਿਹੜੇ ਰਾਜਨੀਤੀ ਕਰੇ ਨੇ ਉਹਨਾਂ ਨੂੰ ਸਵਾਲ ਪੁੱਛੋ, ਹੁਣ ਅੱਜ ਕੱਲ੍ਹ ਸਰਕਾਰ ਸਵਾਲਾਂ ਤੋਂ ਭੱਜਦੀ ਨਜ਼ਰ ਆਉਂਦੀ ਹੈ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ 70 ਸਾਲਾਂ ਦੇ ਜੀ ਤਾਂ ਸਵਾਲ ਕਰੋ, 70 ਸਾਲਾਂ ਤੋਂ ਸੂਈ ਤੋਂ ਲੈ ਕੇ ਜਹਾਜ਼ ਤੱਕ ਤਾਂ ਬਣਿਆ ਪਿਆ ਸਾਡੇ ਇਸ ਦੇਸ਼ 'ਚ, ਪੰਜਾਬੀ 70 ਸਾਲ 'ਚ ਪੰਜਾਬੀਆਂ ਨੇ ਇੰਨੇ ਕੰਮ ਕੀਤੇ, ਦੇਸਾਂ ਵਿਦੇਸਾਂ 'ਚ ਪੰਜਾਬ ਦਾ ਨਾਂ ਸਭ ਤੋਂ ਮੂਹਰਲੇ ਸੂਬਿਆਂ 'ਚ ਸੀ, ਅੱਜ ਪੰਜਾਬ ਪਿੱਛੇ ਹੋ ਗਿਆ 70 ਸਾਲਾਂ 'ਚ ਜਦੋਂ ਦੇ ਇਹ ਆਏ ਆ। ਸੋ ਇਹ ਕਰ ਕੀ ਰਹੇ ਨੇ ਅੱਜ? ਕੱਲੇ ਡਰਾਮੇ, ਇਹ ਕਾਂਗਰਸੀ ਆ ਜੀ, ਕਾਂਗਰਸ ਨੇ ਐਂ ਕੀਤਾ ਸੀ ਜੀ, ਅਕਾਲੀ ਦਲ ਨੇ ਫਲਾਨਾ ਕੀਤਾ ਸੀ, ਅਸੀਂ ਉਹਨਾਂ ਤੋਂ ਕੀ ਲੈਣਾ, ਤੁਹਾਨੂੰ ਝੋਣਤਾ ਲੋਕਾਂ ਨੇ, ਅਸੀਂ ਚਾਹੇ ਨਾਲ ਖੜੇ ਚਾਹੇ ਨਾ ਨਾਲ ਨਾ ਖੜੇ, ਅਸੀਂ ਪੰਚਾਇਤਾਂ ਨੇ ਕਿਹਾ, ਲੋਕਾਂ ਨੇ ਤੁਹਾਨੂੰ ਚੁਣਤਾ, ਤੁਹਾਡਾ ਸਤਿਕਾਰ, ਤੁਸੀਂ ਪਿੰਡ ਆਓ ਅਸੀਂ ਤੁਹਾਡੇ ਨਾਲ ਖੜਾਂਗੇ ਕੰਮਾਂ ਕਾਰਾਂ 'ਚ, ਹੋਰ ਕੀ ਕਰ ਸਕਦੇ? ਇਹਨਾਂ ਨਾਲ ਤਾਂ ਉਹ ਹੋਣੀ ਆ, ਦੇਖੋ MLA ਜਦੋਂ ਬਣ ਗਿਆ ਨਾ ਉਹਦੀ ਸਮਝਦਾਰੀ ਇਹ ਸੀ, ਸਾਰੇ ਹਲਕੇ ਦੇ ਪਹਿਲਾਂ ਤਾਂ ਵਰਕਰਾਂ ਨੂੰ ਬੁਲਾਉਂਦਾ, ਉਹਦਾ ਧੰਨਵਾਦ ਕਰਦਾ, ਪਿੰਡਾਂ ਦਾ ਧੰਨਵਾਦ ਕਰਦਾ, ਸਰਪੰਚਾਂ ਦੀ ਮੀਟਿੰਗ ਸੱਦਦਾ ਵੀ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਿਤ ਰੱਖਦੇ ਹੋ, ਜੇ ਉਹਨੂੰ ਮਾੜਾ ਜਿਹਾ ਵੀ ਗਿਆਨ ਹੁੰਦਾ ਵੀ ਮੈਂ ਤੁਹਾਡੇ ਕੰਮ ਕਰਵਾਉਣੇ ਆ, ਮੈਂ ਤੁਹਾਡਾ MLA ਆ, ਜਿਹੜੇ ਮਰਜ਼ੀ ਕੰਮ ਦੱਸੋ,
पर उन्हें हंकारी नहीं एक भी सरपंच नहीं सद्या। हुण उन्हें आपदे जिहड़े आ उह भज गए ते इह सरपंचां ने उहदे नाल रलना नहीं। तुसीं इह देख लिओ भी चार सालां तों बाद बाहर गेड़े ला रहे ना, कदे आस्ट्रेलिया ला रहे, कदे इंग्लैंड ला रहा। यह बंदियां चों अज तां मुश्क मार मार लग गया उहनूं। ਇਹ ਬੰਦਿਆਂ ਨਾਲ ਜਿਹਨਾਂ ਨਾਲ ਜੱਫੀਆਂ ਪਾਉਂਦਾ ਸੀ ਵੋਟਾਂ ਵਾਸਤੇ, ਹੁਣ ਆ ਕੇ ਇੱਥੇ ਖੜੇ ਨਾ, ਹੁਣ ਇਹਨਾਂ ਚੋਂ ਮੁਸ਼ਕ ਮਾਰਦਾ ਉਹਨੂੰ, ਹੁਣ ਨਹੀਂ ਆ ਸਕਦਾ। ਸਾਲ ਪਹਿਲਾਂ ਭੱਜ ਜਾਣਾ ਉਹਨੇ ਇਹ ਛੱਡ ਕੇ। ਸੋ ਉਹਨੇ ਸਾਰੇ ਹਲਕੇ ਵਿੱਚ ਇਲੀਗਲ ਕੰਮ ਸ਼ੁਰੂ ਕੀਤੇ ਪਏ ਨੇ। ਸਰਪੰਚ ਸਾਹਿਬ, ਇਸ ਦੇ ਉਲਟ ਮੈਂਬਰ ਪਾਰਲੀਮੈਂਟ ਬਣਦੇ ਸਿਮਰਜੀਤ ਸਿੰਘ ਮਾਨ, ਉਹ ਬਿਨਾਂ ਭੇਦਭਾਵ ਸਰਪੰਚਾਂ ਨੂੰ ਮਿਲਦੇ ਨੇ, ਕਿਵੇਂ ਦੇਖਦੇ ਹੋ ਉਹਨਾਂ ਦੀ ਰਾਜਨੀਤੀ ਸਿਮਰਜੀਤ ਸਿੰਘ ਮਾਨ ਦੀ ਤੇ ਆਮ ਆਦਮੀ ਪਾਰਟੀ? देखो मैं बड़ा आपका कीमती समा खराब किया इन्ह पार्टिया के, मगर इन्होंने पार्टियां उदो लोड है जो इन्हों की सरकार है नहीं। तुहाडे तो धरने लवाने, मुजहरे करने, बसा भरा, जब सरकार आ गई तू कौन ते मैं कौन। सो सरदार सिमरजीत सिंह जो मान है ना, जे अज मान एम पी है, जे सिखा की गल करता, लोगों की बांह फड़ता, जिथे धक्का हों जाके खड़ता, मैं तो मूहे खड़ा। मैं तो यह कह रहा थोड़े जरिए, जे मान ना होंदे मैनू इन्होंने जेलां च सिटिया होंदा। जे सरदार सिमरजीत सिंह मान ना होंदे किन्ने केस पाते मेरे ते। मेरा कसूर की सी? सरपंच बनना कसूर है, बेमिसाल विकास करवाना कसूर है, तो कसूर करदे रहांगे। सो यह जिहड़ियां ज्यादतियां कर रहे ना सरपंची, ऐ नहीं मिलदी सरपंची भी तुसीं तीन महीने आके मूहरे आ जाओ तो ऐ लोग बेवकूफ है तुहानूं सरपंच चुण देणगे। दस दस बारह बारह साल दीआं सेवां ने लोगों दीआं, लोगों वास्ते हर चीज़ कुरबान की आ, विदेशों तों आके इत्थे कम कर रहे ने, आपदा जिहड़ा कैरियर आ बर्बाद करके, पर सानूं सुकून मिलदा जदों एक बजुर्ग सिर ते हथ रख के दे दिंदा ना थापी, वह शाबाश शेरा आशीर्वाद दिंदा, वह साडी रूह की खुराक आ। तां भज्जे फिरदे असीं आ कम करवाईए ते तुसीं आके ढावो फिट लाण ता तुहाडे। साडे नाल गोबिंद सिंह संधू भी ने जिहड़े सिमरजीत सिंह मान दे दोता ने, क्योंकि जिथे भी जाति हुंदी आ उत्थे पहुंचदे ने सिमरजीत सिंह मान, एम पी ने जिहड़े संगरूर दे। संधू साहब किवें देख रहे हो, थोड़ी ड्यूटी लगी आ, बड़ी जाति हुई आ, पिंड तरह तरह कर रहे? फगुवाला साहब, जदों तुसीं कोई पालतू पशु आपके घर रखते हो ना, तो उन्होंने सिखाना बहुत जरूरी हुंदा है कि कित्थे तुसीं लैटरिंग करनी है, कित्थे तुसीं पेशाब करनी है। तो जे तुसीं सिखाओगे नहीं तो फिर मालक नू रोस हो जाता, जदों वो पुट्ठी सीधी थां ते जाके कि कंध ते कि दरवाजे च जाके करे हुंदा। तो वो वाला जिहड़ा रोस है वो अज सारे नगर निवासियों हैगा, क्योंकि इन्होंने सारे ने रल मिल के उन्होंने वोटा पाइया। तो अज जदों वो इत्थे ही आके लिद पेशाब करना शुरू कर गए तो इन्होंने समझ नहीं आ रहा कि असी कीता की है। क्योंकि देखो इस एम एल ए ने इत्थे दे लाभ सिंह उगो के साहब ने आ जिहड़ी सारी गली है, सॉरी इस गली दे नाल लगदी ये जिहड़ा सारा नाला है, वो उत्थों जिथों गंदा पानी दिस रहा थोनू उत्थों लैके पूरा किलोमीटर का मेरे ख्याल है पूरा सारा टोटा है। इन्होंने आ सारा नाला आप दे निजी पैसों चो बनाया, बाहरों एन आर आई वीर तो पैसा इकट्ठा किया। ये सारे गरीब परिवार ने, इन्होंने किसी ने 100 रुपये, किसी ने 150, किसी ने 20 रुपये, सारे ने आपते कोलों पैसा इकट्ठा करके इस सरपंच साहब ते भरोसा करके नाला बनाया। क्यों बनाया? क्योंकि तुसी ये देखो इत्थे जमीन उच्ची है, ये स्कूल है सरकारी स्कूल इस पिंड का, इत्थे गरीबां दा दी कम्यूनिटी सेंटर ते शमशान घाट बन रही है, इत्थे जमीन उच्ची है। हुण मीह इस साल इन्ना पिया कि पानी इत्थों चढ़ जांदा सीगा ते पानी इत्थे गली ते जिथे आपां खड़े हैं ते इहदे इस पासे सारा रैशी इलाका है। सो लोकां दे घरां च किचड़ गंद सारा सप वगैरह सब कुछ इत्थों पानी राहीं इत्थे वड़ जांदा सीगा। इन्हां ने एमरजेंसी समझ के ये सारा नाला जिहड़ा हैगा इहनूं उसारी इहदी उसारी कीती ते नवां बनाता। हुण जिहड़े लाभ सिंह उगो के ने उन्हां दे कोई होणगे चहेते इस पिंड च, उन्होंने उन्होंने कहता कि ये सरपंच जिहड़ा हैगा किसी होर पार्टी दा, ते इहनूं जे खराब करना ते फिर रातों रात तुसीं जेई लिया के धक्का करो ते उह लै के आए जे सी बी ते रातों रात इन्हां नूं डरा धमका के इन्हां ने सारा नाला ढाता। हुण मैं ਤੁਹਾਡੇ ਐਮ ਐਲ ਏ ਨੂੰ ਇਹੀ ਪੁੱਛਣਾ ਚਾਹੁੰਦਾ ਕਿ ਜੇ ਤੂੰ ਇਹ ਢਾਉਣਾ ਵੀ ਸੀਗਾ, ਜੇ ਇੱਥੇ ਨਾਲੇ 'ਚੋਂ ਤੂੰ ਆਪਦੀ ਸਿਆਸਤ ਬਣਾਉਣੀ ਸੀ ਤਾਂ ਫਿਰ ਤੁਸੀਂ ਪਹਿਲਾਂ ਇੱਕ ਨਵਾਂ ਨਾਲਾ ਬਣਾ ਲੈਂਦੇ, ਠੀਕ ਹੈ, ਅਤੇ ਫਿਰ ਇਹਨੂੰ ਢਾ ਦਿੰਦੇ। ਲੋਕਾਂ ਦਾ ਕੀ ਕਸੂਰ ਹੈ? ਹੁਣ ਮੀਂਹ ਨਾ ਪੈ ਰਿਹਾ ਹੈ ਇਸ ਸਾਲ, ਜਦੋਂ ਪਾਣੀ ਇੱਥੋਂ ਨਿਕਲਦਾ ਜੇ ਇੱਥੇ ਰੈਸ਼ੀ ਇਲਾਕੇ 'ਚ ਵੜ ਜੂਗਾ ਪਾਣੀ
ਤੇ ਫਿਰ ਲਾਭ ਸਿੰਘ ਉੱਗੋ ਕੇ ਇਹਨਾਂ ਦੇ ਬੱਚਿਆਂ ਨੂੰ ਆ ਕੇ ਤੈਰਨਾ ਸਿਖਾਊਗਾ ਉੱਥੇ? ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਵਾਹ ਫੜੀ ਆ ਹੁਣ ਐਮਪੀ ਕੋਟੇ ਜੋ ਇਹਨਾਂ ਦੀ ਕੋਈ ਮਦਦ ਹੋਊਗੀ? ਬਿਲਕੁਲ ਹੋਊਗੀ ਜੀ। ਇੱਕ ਇਹਨਾਂ ਦੇ ਮੁਸਲਮਾਨਾਂ ਦੀ ਜਿਹੜੀ ਮਸੀਤ ਹੈਗੀ ਆ ਉਹਦੀ ਚਾਰ ਦੀਵਾਰੀ ਕਰਨ ਵਾਲੀ ਆ। ਉਹ ਚਾਰ ਦੀਵਾਰੀ 1997 'ਚ ਹੋਈ ਸੀਗੀ ਜਦੋਂ ਪਹਿਲਾਂ ਮਾਨ ਸਾਹਿਬ MP ਸੀਗੇ। ਹੁਣ ਸਰਪੰਚ ਸਾਹਿਬ ਨੇ ਇਸ ਦਾ ਜ਼ਿਕਰ ਕੀਤਾ ਅਤੇ ਅਸੀਂ ਵਿਸ਼ਵਾਸ ਦਵਾਇਆ ਕਿ ਉਹ ਹੋਊਗੀ ਹੋਊਗੀ। ਅਤੇ ਸਰਪੰਚ ਸਾਹਿਬ ਕੋਲ ਹੋਰ ਵੀ ਕਈ ਕੰਮ ਹੈਗੇ, ਬੈਂਚਸ ਨੇ ਅਤੇ ਕੁਰਸੀਆਂ ਹੈਗੀਆਂ ਪਿੰਡ ਵਾਸਤੇ। ਸਾਡੇ ਲਈ ਰਾਜਾ ਜੀ ਸਰਪੰਚ ਹੈਗੇ ਆ, ਅਤੇ ਜਿਹੜੀ ਮਰਜ਼ੀ ਪਾਰਟੀ ਦੇ ਹੈਗੇ। ਮੈਂ ਅੱਜ ਤੱਕ ਕਦੀ ਨਹੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਪਾਰਟੀ ਦੇ ਹੋ। ਕਦੀ ਮੈਂ ਇਹਨਾਂ ਨੂੰ ਕਿਹਾ ਹੋਵੇ ਕਿ ਤੁਸੀਂ ਆਪਦੀ ਪਾਰਟੀ ਛੱਡੋ ਤੁਸੀਂ ਇੱਧਰ ਆਓ, ਕਦੀ ਨਹੀਂ ਕਿਹਾ, ਨਾ ਮੈਂ ਕਦੀ ਕਹਾਂਗਾ। ਇਹਨਾਂ ਨੇ ਮਿਹਨਤ ਕੀਤੀ ਆ। ਦੇਖੋ ਅਸੀਂ ਸਾਰੇ ਵੱਡੇ ਵੱਡੇ ਪਰਿਵਾਰਾਂ 'ਚੋਂ ਹੈਗੇ ਹਾਂ, ਸਾਡੇ ਕੋਲ ਬੜਾ ਕੁਛ ਹੈ। ਜਿਵੇਂ ਭਗਵੰਤ ਮਾਨ ਕਹਿੰਦਾ ਕਿ ਮਹਿਲਾਂ ਹੈਗੇ, ਇਹ ਸਾਰਾ ਕੁਛ ਹੈਗਾ, ਠੀਕ ਹੈ। ਇਹ ਉੱਠੇ ਨੇ ਜ਼ਮੀਨ ਤੋਂ, ਠੀਕ ਹੈ, ਅਤੇ ਇਹਨਾਂ ਨੂੰ ਪਤਾ ਇਹਨਾਂ ਨੇ ਆਪਦੀ ਮਿਹਨਤ ਕਿੱਥੇ ਕਰਨੀ ਹੈ। ਸੋ ਮੈਂ ਪੰਜਾਬ ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ, ਤੁਸੀਂ ਆਪਦੇ ਮਹਿਕਮੇ 'ਚ ਲਾਓ ਅਤੇ ਮਹਿਕਮਿਆਂ ਰਾਹੀਂ ਜਿਹੜੀ ਤੁਸੀਂ ਪੋਲਿਸੀਜ਼ ਬਣਾਉਂਦੇ ਹੋ, ਜਿਹੜੇ ਤੁਸੀਂ ਲੋਕ ਭਲਾਈ ਦੇ ਕੰਮ ਚਾਲੂ ਕਰਦੇ ਹੋ, ਉਹਦੀ ਐਗਜ਼ੀਕਿਊਸ਼ਨ ਤਾਂ ਸਾਰੀ ਪੰਚਾਇਤਾਂ ਨੇ ਕਰਨੀ ਹੈ। ਹੁਣ ਜੇ ਤੁਸੀਂ ਲੋਕਾਂ ਦੇ ਰਾਸ਼ਨ ਕਾਰਡ ਘੱਟ ਦਿਓਗੇ, ਫਿਰ ਇਸ ਪਿੰਡ ਦੇ ਕਿੰਨੇ ਕਿੰਨਾ ਕਿੰਨਾ ਦੇ ਰਾਸ਼ਨ ਕਾਰਡ ਘੱਟੇ ਨੇ ਜੀ, ਦੱਸਿਓ। ਉਹ ਬੀਬੀਆਂ ਕਿੱਥੇ, ਬਹੁਤ ਬਹੁਤ ਸਾਰੀਆਂ ਬੀਬੀਆਂ ਹੈਗੀਆਂ ਜਿਨ੍ਹਾਂ ਦੇ ਰਾਸ਼ਨ ਕਾਰਡ, ਹੁਣ ਜਦੋਂ ਪੈਨਸ਼ਨਾਂ ਕੱਟੀ ਜਾਂਦੀਆਂ, ਰਾਸ਼ਨ ਕਾਰਡ ਕੱਟੇ ਜਾਂਦੇ ਆ, ਇਹਨਾਂ ਦੇ ਦੁਆਲੇ ਪੈਂਦੇ ਨੇ। ਜੇ ਕਰੋਨਾ ਦੇ ਦੌਰਾਨ ਪਿੰਡਾਂ 'ਚ ਕੋਈ ਵੀ ਚੀਜ਼ ਕਰਾਉਣੀ ਹੋਵੇ, ਕਰੋਨਾ ਛੱਡੋ, ਜੇ ਲਾਇਬ੍ਰੇਰੀ ਲਾਉਣੀ ਹੋਵੇ ਪਿੰਡ 'ਚ, ਜੇ ਹੋਰ ਗੰਦੇ ਪਾਣੀ ਦਾ ਨਿਕਾਸੀ ਕਰਨੀ ਹੋਵੇ, ਇਹ ਸਰਕਾਰ ਦੀਆਂ ਸਕੀਮਾਂ ਹੈਗੀਆਂ। ਕਰਾਉਂਦੇ ਕਿਤੋਂ ਹੈਗੇ ਆ? ਸਰਪੰਚਾਂ ਤੋਂ ਕਰਾਉਂਦੇ ਆ, ਇਹ ਚੁਣੀ ਹੋਈ ਇੱਥੇ ਦੀ ਜਮਾਤ ਹੈ। ਸੋ ਮੈਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਕਿ ਤੁਸੀਂ ਇਹ ਨਫ਼ਰਤ ਦੀ ਸਿਆਸਤ ਪਾਲ ਰਹੇ ਹੋ, ਕਿਉਂ ਕਲੇਸ਼ ਖੜਾ ਕਰ ਰਹੇ ਹੋ? ਤੁਹਾਨੂੰ ਇੰਨੀ ਕਿੰਨੀ ਲੋੜ ਹੈ ਪ੍ਰਬੰਧਕ ਲਾ ਕੇ? ਹੁਣ ਦੇਖੋ ਇਹਨਾਂ ਦੇ ਮੂੰਹ ਕੋਈ ਵੀ ਬੰਦਾ ਲੱਗਣ ਨੂੰ ਤਿਆਰ ਨਹੀਂ ਕਿ ਅਸੀਂ ਆਮ ਪਾਰਟੀ ਤੋਂ ਸਰਪੰਚੀ ਲੜਾਂਗੇ, ਆਮ ਪਾਰਟੀ ਤੋਂ ਬਲੋਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਕੋਈ ਵੀ ਬੰਦਾ ਲੜਨ ਨੂੰ ਤਿਆਰ ਨਹੀਂ। ਫਿਰ ਇਹਨਾਂ ਨੇ ਪ੍ਰਬੰਧਕ ਲਾਤਾ, ਪ੍ਰਬੰਧਕ ਤੋਂ ਇਹ ਹੁਣ ਲੋਕ ਤਿਆਰ ਕਰਨਗੇ ਪਿੰਡਾਂ 'ਚ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਠੱਪੇ 'ਤੇ ਤੁਸੀਂ ਸਰਪੰਚੀ, ਜ਼ਿਲ੍ਹਾ ਪਰਿਸ਼ਦ, ਬਲੋਕ ਸੰਮਤੀ ਲੜੋ। ਮਤਲਬ ਇਹ ਤਾਂ ਫਿਰ ਸਰਕਾਰੀ ਤੰਤਰ ਦੀ ਦੁਰਵਰਤੋਂ ਹੈ। ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਕੋਈ ਸਿਕਿਉਰਿਟੀਆਂ ਨਹੀਂ ਲੈ ਕੇ ਚੱਲਣੀ, ਸਰਕਾਰ ਦੇ ਜਿਹੜੇ ਅਫਸਰ ਨੇ ਉਹ ਸਰਕਾਰੀ ਮਹਿਕਮਿਆਂ 'ਚ ਰਹਿ ਕੇ ਕੰਮ ਕਰਨਗੇ, ਲੋਕਾਂ ਦੇ ਆਲੇ ਦੁਆਲੇ ਨਹੀਂ ਭੱਜਣਗੇ। ਪਰ ਅੱਜ ਸਰਕਾਰ ਦੇ ਅਫਸਰ ਆਮ ਪਾਰਟੀ ਦੇ ਨੁਮਾਇੰਦੇ ਨਿਯੁਕਤ ਕਰ ਰਹੇ ਨੇ ਪਿੰਡਾਂ 'ਚ ਕਿ ਕੌਣ ਸਰਪੰਚੀ ਲੜੂਗਾ। ਸੋ ਇਹ ਇਨਕਲਾਬ ਹੈ ਭਗਵੰਤ ਸਿੰਘ ਮਾਨ ਅਤੇ ਉਹਦੇ ਭਾਈ ਸਾਹਿਬ ਲਾਭ ਸਿੰਘ ਉੱਗੋਕੇ ਦਾ। ਅਤੇ ਮੈਂ ਆਸ ਕਰਦਾ ਕਿ ਇਹ ਥੋੜ੍ਹੇ ਜਿਹੇ ਬਾਜ ਆਉਣ, ਜੇ ਨਹੀਂ ਆਉਂਦੇ ਫਿਰ ਤੁਹਾਨੂੰ ਪਤਾ ਹੀ ਆ ਆਪਣੀਆਂ ਹਰਕਤਾਂ ਤੋਂ ਆਉਣ ਬਾਜ ਲਾਭ ਸਿੰਘ ਉੱਗੋਕੇ ਅਤੇ ਪੰਜਾਬ ਸਰਕਾਰ ਨੂੰ ਦਿੱਤੀ ਹੈ ਚੇਤਾਵਨੀ ਗੋਬਿੰਦ ਸਿੰਘ ਸੰਧੂ ਨੇ। ਆਉਣ ਵਾਲਾ ਸਮਾਂ ਦੱਸੂਗਾ ਕਿ ਲੋਕ ਕਿਹੋ ਜਿਹਾ ਸਬਕ ਇਹਨਾਂ ਲੋਕਾਂ ਨੂੰ ਸਿਖਾਉਂਦੇ ਨੇ ਜਿਹੜੇ ਲੋਕਾਂ ਦੇ ਕੀਤੇ ਹੋਏ ਕੰਮਾਂ 'ਤੇ ਲੱਤਾਂ ਮਾਰਦੇ ਨੇ, ਲੋਕਾਂ ਦੇ ਕੀਤੇ ਹੋਏ ਕੰਮ ਤੋੜਦੇ ਨੇ। ਪਲ ਪਲ ਦੀ ਅਪਡੇਟ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਇਕਬਾਲ ਸਿੰਘ ਫੱਗੂਆਲਾ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।